ਜਲੰਧਰ ਦੇ ਗੌਤਮ ਨਗਰ ਵਿੱਚ ਪਾਣੀ ਦੀ ਕਿੱਲਤ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਨੇ। ਰੋਜ਼ਮਰ੍ਹਾ ਦੀ ਜ਼ਿੰਦਗੀ ਵਿੱਚ ਆ ਰਹੀਆਂ ਪਾਣੀ ਦੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਪਰੇਸ਼ਾਨ ਕਰ ਰੱਖਿਆ। ਇਸ ਦੇ ਚੱਲਦੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸ਼ਿਵਦਿਆਲ ਮਾਲੀ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜਦੋਂ ਤੱਕ ਇਲਾਕੇ ਵਿੱਚ ਕੋਈ ਪੰਪ ਨਹੀਂ ਲੱਗ ਜਾਂਦਾ ਉਦੋਂ ਤੱਕ ਰੋਜ਼ਾਨਾ ਇੱਕ ਟੈਂਕਰ ਪਾਣੀ ਦਾ ਇਲਾਕੇ ਵਿੱਚ ਪਹੁੰਚਾਇਆ ਜਾਵੇ ਤਾਂ ਕਿ ਇਸ ਗਰਮੀ ਵਿੱਚ ਲੋਕਾਂ ਨੂੰ ਕੁਝ ਰਾਹਤ ਮਿਲ ਸਕੇ। ਬਸਤੀ ਬਾਵਾ ਖੇਤ ਜਲੰਧਰ ਦੀ ਬਸਤੀ ਦੇ ਵਿੱਚ ਇੱਕ ਛੋਟਾ ਜਿਹਾ ਕਸਬਾ ਗੌਤਮ ਨਗਰ ਹੈ। ਉੱਥੋਂ ਦੇ ਨਿਵਾਸੀ ਜਿਹੜੇ ਨੇ ਇੱਥੋਂ ਦੇ ਨਾਗਰਿਕ ਜਿਹੜੇ ਨੇ ਉਹ ਪਿਛਲੀ ਕਾਫੀ ਸਮੇਂ ਤੋਂ ਪੀਣ ਵਾਲੇ ਪਾਣੀ ਤੋਂ ਤ੍ਰਸਤ ਹੈ। ਉੱਥੇ ਪਾਣੀ ਬਿਲਕੁਲ ਜਿੰਨੀਆਂ ਗਰਮੀਆਂ ਜਦੋਂ ਤੇਜ਼ ਹੋ ਜਾਂਦੀਆਂ ਬਿਲਕੁਲ ਛੋਟੇ ਛੋਟੇ ਬੱਚੇ ਬਿਲਕਦੇ ਆ ਪਾਣੀ ਤੋਂ, ਨਾ ਉਹਨਾਂ ਦੀ ਰੋਜ਼ਮਰ੍ਹਾ ਦੀ ਜ਼ਿੰਦਗੀ ਦੇ ਇਸਤੇਮਾਲ ਵਾਸਤੇ ਪਾਣੀ ਹੈ, ਨਾ ਪੀਣ ਵਾਸਤੇ ਪਾਣੀ ਹੈ, ਨਾ ਕੁਛ। ਇੱਕ ਤਾਂ ਉਹ ਸਮੱਸਿਆ ਤੋਂ ਨਿਜਾਤ ਪਾਉਣ ਵਾਸਤੇ ਮੇਅਰ ਸਾਹਿਬ ਨੇ ਕਿਹਾ ਹੈਗਾ ਕਿ ਉੱਥੇ ਨਵੇਂ ਪੰਪ ਦੀ ਮਨਜ਼ੂਰੀ ਹੋ ਚੁੱਕੀ ਹੈ ਔਰ ਨਵਾਂ ਪੰਪ ਲੱਗ ਜਾਏਗਾ, ਪਰ ਜਦ ਤੱਕ ਨਵਾਂ ਪੰਪ ਲੱਗਣਾ ਨਹੀਂ ਜਦ ਤੱਕ ਲੋਕਾਂ ਦੀ ਤ੍ਰਾਸਦੀ ਨੂੰ ਦੂਰ ਕਰਨ ਵਾਸਤੇ ਅਸੀਂ ਮੰਗ ਪੱਤਰ 'ਚ ਵੀ ਬੇਨਤੀ ਕੀਤੀ ਔਰ ਮੈਂ ਜਾਤੀ ਤੌਰ 'ਤੇ ਵੀ ਮੇਅਰ ਸਾਹਿਬ ਨੂੰ ਇਹ ਨਿਵੇਦਨ ਕੀਤਾ ਕਿ ਤੁਸੀਂ ਟੈਂਪਰੇਰੀ ਤੌਰ 'ਤੇ ਜਦ ਤੱਕ ਬਰਸਾਤਾਂ ਨਾਲ ਟੈਂਪਰੇਚਰ ਡਾਊਨ ਨਹੀਂ ਹੁੰਦਾ ਉਨੀ ਦੇਰ ਤੱਕ ਰੋਜ਼ ਇੱਕ ਟੈਂਕਰ ਪਾਣੀ ਦਾ ਜਿਹੜਾ ਗੌਤਮ ਨਗਰ ਬਸਤੀ ਬਾਵਾ ਖੇਲ ਵਿੱਚ ਭੇਜਿਆ ਜਾਵੇ। ਉਹਨਾਂ ਨੇ ਸਤਿੰਦਰ ਜੀ ਕੋ ਹੈਗੇ ਨੇ ਇੰਜੀਨੀਅਰ ਇਹਨਾਂ ਦੇ, ਉਹਨਾਂ ਨੂੰ ਹਦਾਇਤ ਵੀ ਕੀਤੀ ਹੈ। ਦੂਜਾ ਮਾਮਲਾ ਜਿਹੜਾ ਅਸੀਂ ਅੱਜ ਮੁੱਖ ਰੂਪ 'ਚ ਲੈ ਕੇ ਪੇਸ਼ ਹੋਏ ਸੀ ਕਿ ਉੱਥੇ ਜਿੰਨੇ ਖਾਲੀ ਪਲੋਟ ਪਏ ਨੇ ਉਹਨਾਂ ਦਾ ਨਜਾਇਜ਼ ਤਰੀਕੇ ਨਾਲ ਕਮਰਸ਼ੀਅਲ ਯੂਜ਼ ਹੋ ਰਿਹਾ। ਉਹ ਜਿਹੜੇ ਮਾਲਕ ਨੇ ਉਹਨਾਂ ਨੇ ਅੱਗੇ ਕਿਰਾਏ 'ਤੇ ਪਲੋਟ ਦਿੱਤੇ ਹੋਏ ਆ, ਉਹਦੇ ਵਿੱਚ ਜਿਹੜਾ ਬੂਟਾਂ ਦਾ ਚੱਪਲਾਂ ਦਾ ਬਹੁਤ ਧੰਦਾ ਉਸ ਇਲਾਕੇ ਵਿੱਚ ਚੱਲਦਾ, ਮੋਰਵੀ ਸ਼ਹਿਰ ਦੇ ਵਿੱਚ ਰਬੜ ਦਾ ਵੇਸਟ ਮਟੀਰੀਅਲ ਟੰਨਾਂ ਦੇ ਹਿਸਾਬ ਨਾਲ ਪਹਾੜਾਂ ਦੇ ਹਿਸਾਬ ਦੇ ਨਾਲ ਉਹ ਪਲਾਟਾਂ ਵਿੱਚ ਪਿਆ ਆ। ਪਿਛਲੇ ਦਿਨੀ ਉਹਨਾਂ ਨੂੰ ਕਿ ਅਚਾਨਕ ਅੱਗ ਲੱਗਣ ਕਰਕੇ ਉੱਥੋਂ ਦੀ ਜਿਹੜੀ ਵੱਸੋਂ ਹੈਗੀ ਉਹਨਾਂ ਦਾ ਜਾਨੀ ਮਾਲੀ ਦੌੜ ਭੱਜ ਕੇ ਉਹਨਾਂ ਨੇ ਆਪਣੇ ਆਪ ਨੂੰ ਛੁਪ ਛੁਪਾ ਕੇ ਆਪਣੇ ਜਾਨੀ ਨੁਕਸਾਨ ਤੋਂ ਬਚਾਇਆ। ਉਹਦੀ ਬਾਬਤ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਉੱਥੇ ਜਿਹੜਾ ਨਜਾਇਜ਼ ਕਬਜ਼ਾਧਾਰੀ ਨੇ ਜਾਂ ਜਿਹੜੇ ਕਿਰਾਏ 'ਤੇ ਉਹ ਰਬੜ ਦਾ ਐਡੇ ਵੱਡੇ ਪੈਮਾਨੇ 'ਤੇ ਵੇਸਟ ਮਟੀਰੀਅਲ ਪਿਆ ਹੈ ਉਹ ਵੱਸੋਂ ਦੇ ਇਲਾਕੇ 'ਚ ਨਾ ਸਿੱਟਿਆ ਜਾਵੇ, ਇਹਨੂੰ ਸ਼ਹਿਰ ਦੇ ਕਿਤੇ ਬਾਹਰ ਜਾ ਕੇ ਖੁੱਲ੍ਹੀਆਂ ਜਿਹੜੀਆਂ ਪੰਚਾਇਤਾਂ ਦੀਆਂ ਕਾਰਪੋਰੇਸ਼ਨ ਦੀਆਂ ਜਾਂ ਹੋਰ ਸਰਕਾਰੀ ਜ਼ਮੀਨਾਂ ਹੈਗੀਆਂ ਉੱਥੇ ਸਿੱਟਿਆ ਜਾਵੇ ਔਰ ਉਹਨਾਂ ਨੂੰ ਸਖ਼ਤ ਕਾਨੂੰਨੀ ਹਦਾਇਤ ਕੀਤੀ ਜਾਵੇ ਕਿ ਉਹ ਉੱਥੇ ਇੱਦਾਂ ਦੇ ਕੋਈ ਕਾਰਵਾਈ ਜਿਹੜੀ ਇਲੀਗਲ ਗੈਰ ਕਾਨੂੰਨੀ ਹੈ ਉੱਥੇ ਵੱਸੋਂ ਵਾਲੇ ਇਲਾਕੇ 'ਚ ਨਾ ਕਰਨ। ਔਰ ਮੇਅਰ ਸਾਹਿਬ ਨੇ ਹੁਣੇ ਕਿਸੇ ਦੀ ਡਿਊਟੀ ਲਗਾਈ ਹੈਗੀ, ਅਸੀਂ ਉੱਥੇ ਸਾਈਟ 'ਤੇ ਜਾ ਰਹੇ ਹੈਗੇ ਹਾਂ, ਹੁਣ ਦੇਖਦੇ ਹਾਂ ਕਿ ਮਸਲੇ ਦਾ ਹੱਲ ਕਿਵੇਂ ਹੁੰਦਾ, ਅਗਲਾ ਕਦਮ ਅਸੀਂ ਉਸ ਦੇ ਬਾਅਦ ਫਿਰ ਦੇਖਾਂਗੇ, ਜੋ ਵੀ ਲੋਕਾਂ ਦੇ ਹਿੱਤ ਵਿੱਚ ਹੋਏਗਾ ਅਸੀਂ ਉਹ ਜ਼ਰੂਰ ਕਾਨੂੰਨੀ ਕਾਰਵਾਈ ਕਰਾਂਗੇ।